यार अरे जेने चिमड़े उतो इना बस अगर जब कहते कोई पूछे ना केस गल तो मशहूर है ये ना फोड़े का ऑपरेशन बहुत टॉरी करना मिठे उन्होंने बूहे अगे रातों रात ही फोर च लठा पेंट कोट पाया अच्छा जी। मैं क्या खैर कंधा डाल गया इसराइल अस्सलाम वालेकुम नाजरीन, मैं फरीद साबरी, सिर्फ मैं क्या बाकी आए मुंडे जी बैठे हाँ मुंडे क्यों पूरा तारफ कराई दो जनाब दानिश साहब कह बाद साहब कह जिदा नाम नहीं जिदा नाम नहीं ना लेना बाकियां दे नाम ले के ते कह दे और दीगर ये एक कदे दा ते लाया जेड़ा मैं अच्छा जी मेरे साथ दानिश अब्बास मिठापुरिया और की गल की है अगो ऐ क्यों कर रहे हो जी साडा नाम भी लवो अपना नाम पूरा दस छोटा डाउन हाँ दा तारियां छोटे डाउन वास्ते ना छोटा गावा फरोजी दा भतीजा वा जेड़ा फिल्म च नहीं सी आउंदा गावा फरोजी ओ हो क्राइम मास्टर गोगो क्राइम मास्टर गोगो यार बड़ी गल चलो उस्ताद ऐ नहीं लगदा कावां दी बाजी लवाई हुंदी ला नाज़रीन गल ए सी कि असी शुरू कीता ही इसलिए सी कि असी सिर्फ और सिर्फ जुगतां करनियां क्या ए तैनूं ए बच्चे आ गए ने नौ दोस्तो ਵੱਡੇ ਬੰਦੇ ਦੀ ਹੋਵੇ ਨਾ ਟੈਲ ਸੇਵਾ ਵੱਡਾ ਰਹਿੰਦਿਆਂ ਰਹਿੰਦਿਆਂ ਰਹਿ ਜਾਂਦਾ ਮੇਰੇ ਦੋਸਤੋ ਮਿੱਠਾ ਪੁਰੀਆ ਆਪਣੀ ਮਸਾਲਾ ਪਾ ਫਿਰ ਕਿਤੇ ਕੋਈ ਸ਼ੇਰ ਹੀ ਯਾਦ ਕਰ ਲਾ ਯਾਰ ਖੁਦਾ ਦੇ ਬੰਦੇ ਇੰਨਾ ਸੀ ਹਲੇ ਵੀ ਇੰਨਾ ਕੀ ਮਸਾਲ ਜਨੂਬ ਸ਼ਮਾਲ ਅਰਾਕ ਆਪ ਅਰਾਕ ਅਰਾਨ ਅਰਾਕ ਜੀ ਭਿੜ ਜਾਓ ਪੈ ਜਾਓ ਉਲਾਸ ਇਹਨੂੰ ਪੈ ਜਾਓ ਇਹਨਾਂ ਦੇ ਭਾਈ ਮਿੱਠੇ ਉਹਨਾਂ ਦੇ ਬੂਹੇ ਅੱਗੇ ਰਾਤੋਂ ਰਾਤ ਹੀ ਫੋਰ ਚ ਉਹਨਾਂ ਲੱਠਾ ਪੈਂਟ ਕੋਟ ਪਾਇਆ ਅੱਛਾ ਜੀ ਮੈਂ ਕਿਹਾ ਖੈਰ ਕੰਧਾ ਢਲ ਗਿਆ ਇਸਰਾਇਲ ਡਾਕਟਰ ਨੂੰ ਜਾ ਕੇ ਤਾਂ ਡਾਕਟਰ ਸਾਹਿਬ ਮੈਂ ਪੱਖੇ ਥੱਲੇ ਬਹਿਣਾ ਮੈਨੂੰ ਹਵਾ ਨਹੀਂ ਲੱਗਦੀ ਡਾਕਟਰ ਵੀ ਅੱਗੋਂ ਤਾਈ ਸੀ ਕਹਿੰਦਾ ਹੁਣ ਦਵਾਈ ਲੈਣੀ ਕਿ ਪਰਸੇ ਤੇ ਕਰਾਉਣੇ ਓਏ ਮੈਨੂੰ ਕਿੰਨਾ ਮਜ਼ਾ ਆਇਆ ਇਹ ਵੀ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਹਵਾ ਨਹੀਂ ਲੱਗਦੀ ਕਹਿੰਦਾ ਤੈਨੂੰ ਨਹੀਂ ਲੱਗਦੀ ਇਹ ਵੀ ਡਾਕਟਰ ਸਾਹਿਬ ਕੋ ਗਏ ਡਾਕਟਰ ਸਾਹਿਬ ਦਵਾ ਦੇ ਦਿਓ ਕਹਿੰਦਾ ਦਵਾਈ ਲੈਣੀ ਆ ਜਾਂ ਦਵਾ ਲੈਣੀ ਆ ਕਹਿੰਦਾ ਨਹੀਂ ਪੈਸੇ ਹੈ ਨਹੀਂ ਦਵਾ ਦੇ ਦਿਓ ਕਿਉਂ ਇਹਦਾ ਇਹਦਾ ਹੱਥ ਦੇ ਉਹ ਸ਼ਾਮੀਆਂ ਤਲਣ ਵਾਲਾ ਚਮਚਾ ਨਹੀਂ ਹੁੰਦਾ ਤੁਰਿਆ ਜਾ ਡਾਕਟਰ ਜਾ ਕੇ ਤਾਂ ਡਾਕਟਰ ਸਾਹਿਬ ਮੇਰਾ ਬੇਟਾ ਬਹੁਤ ਬਿਮਾਰ ਆ ਕਹਿੰਦਾ ਤੇ ਆਪਣੇ ਬਾਲ ਸਾਹਿਬ ਨੂੰ ਭੇਜ ਤੁਰਿਆ ਜਾਂਦਾ ਇੱਕ ਬੰਦੇ ਨੇ ਇਹਨੂੰ ਲੱਤਾਂ ਤੋਂ ਫੜ ਕੇ ਆਪਣਾ ਸੂਟ ਝਾੜਨ ਲੱਗ ਪਿਆ ਇੱਕ ਬੰਦੇ ਨੇ ਇਹਨੂੰ ਗੰਦੀਆਂ ਗਾਲਾਂ ਕੱਢੀਆਂ ਮੈਂ ਕਿਹਾ ਤੂੰ ਲੜਿਆ ਨੇ ਕਹਿੰਦਾ ਇਹ ਚੀਜ਼ ਕੋਈ ਬਿਹਤਰੀ ਵੀ ਤੂੰ ਤਾਂ ਸੁੱਟ ਉੱਠ ਗਿਆ ਇਹਦਾ ਇੱਕ ਬੰਦਾ ਘਰੋਂ ਪਤਾ ਕਰਨ ਗਿਆ ਉਹਨੇ ਬੂਹਾ ਖੜਕਾਇਆ ਇਹਦਾ ਨਿੱਕਾ ਮੁੰਡਾ ਨਿਕਲ ਕੇ ਕਹਿੰਦਾ ਅੱਬੂ ਊਂਚ ਨੀਚ ਖੇਲਦੇ ਆ ਇਹਨੂੰ ਇਹਨਾਂ ਦੇ ਘਰ ਵੀ ਇੱਕ ਫਕੀਰ ਆਇਆ ਕਹਿੰਦਾ ਅੱਲਾ ਦੇ ਨਾਂ ਤੇ ਕੁਛ ਤੋਂ ਇਹਨੇ ਛੋਟਾ ਮੁੰਡਾ ਦੇ ਦਿੱਤਾ ਅੱਛਾ ਮਜ਼ਾ ਬੜਾ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਂ ਸਵੇਰੇ ਉੱਠਣਾ ਤੇ ਮੇਰੇ ਲੱਕ 'ਚ ਦਰਦ ਹੁੰਦੀ ਡਾਕਟਰ ਸਿਆਣਾ ਦੇ ਕਹਿੰਦਾ ਤੂੰ ਦੁਪਹਿਰੇ ਉੱਠ ਜਾ ਕਰ ਡਾਕਟਰ ਨੂੰ ਜਾ ਕਹਿੰਦਾ ਡਾਕਟਰ ਸਾਹਿਬ ਮੈਨੂੰ ਨਜ਼ਰ ਨਹੀਂ ਆਉਂਦਾ ਉਹ ਕਹਿੰਦਾ ਪੁੱਤ ਬਿੱਲ ਤਾਰ ਬਿਜਲੀ ਨਹੀਂ ਆ ਮੀਟਰ ਲਵਾ ਨਹੀਂ ਨਵੀਂ ਘੜੀ ਪਾ ਕੇ ਬਾਹਰ ਇੰਜਨ ਕਰਨ ਦਿਆ ਮੈਂ ਕਿਹਾ ਕੀ ਕਰਨ ਦਿਆ ਕਹਿੰਦਾ ਮਸ਼ੂਕ ਨੂੰ ਮਿਲਾ ਟਾਈਮ ਕਢਾਉਣ ਦੇ ਮਿੱਠੇ ਨੂੰ ਭਾਈ ਇੱਕ ਮੁੰਡੋ ਕੁੰਦੀਆਂ ਗਾਲਾਂ ਕੱਢਣ ਦਿਆ ਮੈਂ ਕਿਹਾ ਤੂੰ ਓਏ ਉਸਤਾਦ ਮੇਰੇ ਨੂੰ ਗਾਲ ਨਾ ਕੋਈ ਕੱਢੇ ਮੈਂ ਤੈਨੂੰ ਚਲੋ ਓਏ ਉਹ ਕੱਢਣ ਦਿਆ ਸੀ ਅੱਛਾ ਕੋਈ ਨਹੀਂ ਕੱਢਦਾ ਤੇਰਾ ਉਸਤਾਦ ਓਏ ਨਹੀਂ ਉਹਨੇ ਭਾਈ ਤੈਨੂੰ ਵੀ ਪੈਣ ਵਾਲੀ ਏ ਓਏ ਉਸਤਾਦ ਜੀ ਤੇ ਮੇਰਾ ਕੋਈ ਮੇਰਾ ਛੋਟਾ ਭਰਾ ਵਾ ਮੇਰਾ ਉਸਤਾਦ ਅੱਛਾ ਮਿੱਠਾ ਮਿੱਠੇ ਨੂੰ ਗਾਲਾਂ ਹਾਂ ਮਿੱਠੇ ਨੂੰ ਗਾਲਾਂ ਇੱਕ ਬੰਦਾ ਕੱਢਣ ਦਿਆ ਮੈਂ ਕਿਹਾ ਤੂੰ ਉਹਨੂੰ ਕੁਝ ਕਿਹਾ ਨਹੀਂ ਕਹਿੰਦਾ ਉਹ ਕਿਹੜਾ ਹੱਥੀ ਪਿਆ ਮਿੱਠੇ ਨੂੰ ਇੱਕ ਬੰਦਾ ਗਾਲਾਂ ਕੱਢਣ ਦਿਆ ਤੇ ਡੱਬਿੰਗ ਵਾਲੀ ਜਾਲੀ ਉਹਦੇ ਅੱਗੇ ਲੱਗ ਗਿਆ ਕਹਿੰਦਾ ਕਲੀਅਰ ਚਾਹੀਦੀ ਯਾਰ ਇਹਨੂੰ ਜਿਨ ਚਿਮੜਿਆ ਉਤੋਂ ਇੰਨਾ ਬਸ ਇਹਨੂੰ ਵੀ ਇੱਕ ਬੰਦੇ ਨੇ ਗਾਲਾਂ ਕੱਢੀਆਂ ਕਹਿੰਦਾ ਸ਼ੁਕਰ ਆ ਮੈਨੂੰ ਸੁਣਿਆ ਨਹੀਂ ਸੀਗਾ ਪੀਲੀ ਭੂੰਡੀ ਨੀ ਹੁੰਦੀ ਪੀਲੀ ਭੂੰਡੀ
ਉਹ ਪਰਾਂ ਤੋਂ ਫੜ ਕੇ ਘਰ ਲੈ ਕੇ ਜਾ ਰਿਹਾ ਮੈਂ ਕੀ ਹੋਇਆ ਕਹਿੰਦਾ ਡਾਕਟਰ ਨੇ ਚੱਕਣੀ ਦੱਸੀ ਆ ਤੇਰੇ ਸਭ ਤੋਂ ਹੀ ਦੇਸੀ ਆ ਕਾਡਾ ਲੜ ਗਿਆ ਕਾਡਾ ਨਹੀਂ ਹੁੰਦਾ ਆ ਜ਼ਮੀਨ ਕਾਡਾ ਟੀੜੀ ਦਾ ਵੱਡਾ ਟੀੜੀ ਉਹ ਵੱਡਾ ਮੁੰਡਾ ਹੁੰਦਾ ਉਹਦਾ ਉਹ ਇਹਦੇ ਲੜ ਗਿਆ ਤੇ ਉੱਥੇ ਪਰਚਾ ਕਰਾਉਣ ਚਲਾ ਗਿਆ ਇਹਨੂੰ ਵੱਡਾ ਮਗਰਮੱਛ ਲੱਗ ਗਿਆ ਇੰਜ ਕਰਦਾ ਹੀ ਉਹ ਇਦਾਂ ਲੱਗਦਾ ਜਿਵੇਂ ਸੋਟੀ ਤੋਂ ਸੋਟੀ ਵੱਜੀ ਚਲੋ ਵੱਡਾ ਮਗਰਮੱਛ ਲੜ ਗਿਆ ਇਹਨੂੰ ਇਹਨੂੰ ਕੁਛ ਨਹੀਂ ਹੋਇਆ ਉਹ ਜਾਮ ਨੂੰ ਦਵਾਈ ਲਾ ਕੇ ਫਿਰਦੇ ਆ ਅੰਦਰ ਨਹੀਂ ਇਹਨੇ ਕਿਰਲੀ ਨੂੰ ਪਿੱਛੋਂ ਇਦਾਂ ਜੱਫਾ ਪਾਇਆ ਜੋ ਮਗਰਮੱਛ ਨਹੀਂ ਫੜੀ ਉਹਨੂੰ ਇੱਕ ਨਾਲੀ ਚੋਂ ਨਿਕਲ ਕੇ ਸੈਰ ਤੇ ਲੰਮੇ ਪੈ ਕੇ ਆਉਂਦਾ ਸ਼ੁਕਰ ਆ ਬਚ ਗਏ ਇਹਨੂੰ ਨਾਲੇ ਜਾਂ 2 ਰੁਪਈਆ ਲੱਭੇ ਕਹਿੰਦਾ ਸ਼ੁਕਰ ਆ ਖਜ਼ਾਨਾ ਮੇਰਾ ਮਿਲ ਗਿਆ ਯਾਰ ਉਹਦਾ ਕੰਮ ਹਸਾਣਾ ਵਾ ਜਿੱਦਾਂ ਮਰਜ਼ੀ ਨਾ ਕਹਿੰਦਾ ਮੈਂ ਕਾਲ ਕੀਤੀ ਮੈਂ ਕਿਹਾ ਡੌਨ ਕਿੱਥੇ ਆ ਕਹਿੰਦਾ ਪੂਲ ਤੇ ਆਇਆ ਮੈਂ ਕਿਹਾ ਵੀਡੀਓ ਕਾਲ ਤੇ ਜਦੋਂ ਵੀਡੀਓ ਕਾਲ ਤੇ ਦੇਖਿਆ ਤੇ ਪਰਾਤ ਚ ਪਾਣੀ ਪਾਇਆ ਸੀ ਹਕੀਮ ਦੀ ਦੁਕਾਨ ਅੱਗੋਂ ਲੰਘਦੇ ਉਹ ਕਹਿੰਦਾ ਸਰ ਇੱਕ ਮਿੰਟ ਗੱਲ ਸੁਣਨਾ ਇਹ ਅੰਦਰ ਵੜਿਆ ਉਹਨੇ ਇਹਦੇ ਨਾਲ ਦਵਾਈਆਂ ਘੁੱਟ ਲਈਆਂ ਉੱਠਾ ਕਰਕੇ ਅੱਛਾ ਆਪਣੇ ਘਰ ਜਾਂਦਾ ਦਰਵਾਜ਼ਾ ਉੱਤੋਂ ਤੇ ਨਹੀਂ ਖੋਲਦਾ ਥੱਲਿਓਂ ਖੋਲਦਾ ਹੀ ਸੇਰਾ ਚੁੱਕੇ ਚੂਸ ਨੀ ਲਾਈ ਯਾਰ ਮੌਲੀ ਨਿਕਾਲ ਆ ਤੂੰ ਇਹਦਾ ਨਿਕਾਹ ਪੜਾਉਣਾ ਇਹਨੂੰ ਵੇਖ ਕੇ ਦਮ ਕਰ ਗਿਆ ਮੁਬਾਰਕ ਦੇਈ ਸਾਰੀ ਗੋਡਿਆਂ ਤੋਂ ਥੱਲੇ ਥੱਲੇ ਮੂਵੀ ਬਣਾ ਕੇ ਬਿਜਲੀ ਦਾ ਕੰਮ ਸਿੱਖ ਲਿਆ ਘਰ ਬਿਜਲੀ ਦਾ ਪਹਿਲੇ ਘਰ ਹੀ ਵੈਰੰਗ ਕਰਾਂਗੇ ਸਾਰੇ ਬਲਬ ਨੀਵੇਂ ਨੀਵੇਂ ਕਰਕੇ ਲਾਤੇ ਯਾਰ ਮੱਕਿਆਂ ਚ ਵੱਜਣ ਉਸਤਾਦ ਜੀ ਹੁਣ ਨੀਵੇਂ ਲੱਗਣਾ ਜਿੱਥੇ ਤੱਕ ਕਦ ਜਾਣਾ ਸੀ ਉੱਥੇ ਤੱਕ ਮਲਾ ਵਿਆਹ ਹੋ ਗਿਆ ਭਾਈ ਫੋੜੇ ਦਾ ਆਪਰੇਸ਼ਨ ਬਹੁਤ ਟੌਰੀ ਕਰਦਾ ਸ਼ਾਦੀ ਦੀ ਰਾਤ ਸਾਰੀ ਰਾਤ ਬਾਹਰ ਫਿਰਦਾ ਰਿਹਾ ਮੈਂ ਕਿਹਾ ਡੌਨ ਕੀ ਗੱਲ ਅੰਦਰ ਨੀ ਜਾਂਦਾ ਕਹਿੰਦਾ ਕੁੰਡੀ ਉੱਚੀ ਲੱਗੀ ਆ ਤੂੰ ਅੰਦਰ ਤੇ ਜਾ ਜਾ ਤੂੰ ਸਟੂਲ ਰੱਖ ਲੈ ਕਿੰਨੀ ਦੇਰ ਨਿਕਲੀ ਨੀ ਘਰ ਚੋਰ ਆ ਗਿਆ ਕਹਿੰਦੇ ਸੋਨਾ ਕਿੱਥੇ ਆ ਕਹਿੰਦਾ ਸਾਡੇ ਮੰਜਾ ਹੀ ਕੋਈ ਨਹੀਂ ਗੱਡੀ ਨਸੀ ਹੈ ਰੋਡ ਤੇ ਇਦਾਂ ਜੰਪ ਲਾਉਂਦਾ ਜਾਣਦੇ ਆ ਅੱਛਾ ਇਹ ਵੀ ਗੱਡੀ ਤੇ ਜਾਣ ਡਿਆ ਗੱਡੀ ਤੇ ਜਾਣ ਡਿਆ ਤੇ ਮੈਂ ਇਹਨੂੰ ਹੱਥ ਦਿੱਤਾ ਯਾਰ ਮੈਨੂੰ ਵੀ ਲੈ ਜਾਈ ਉਹ ਕਹਿੰਦਾ ਨਹੀਂ ਨਹੀਂ ਭਾਈ ਬੱਚੇ ਮੈਂ ਉਹਨਾਂ ਨੇ ਲੋਕਾਂ ਨੇ ਕਹਿਣਾ ਬੱਚੇ ਗਵਾਹ ਕਰਕੇ ਲੈ ਚੱਲਾ ਗਵਾਹ ਤੇਰੀ ਯਾਰ ਇੱਥੇ ਬਹਾਨੇ ਵਾਂਗ ਪੁੱਠ ਸਿੱਧਾ ਤੇ ਪਤਾ ਚੱਲ ਗੱਡੀ ਚ ਵੱਜ ਤੈਨੂੰ ਆਪੇ ਲੈ ਜੂਗੀ ਇੱਥੇ ਮਾਰ ਇੱਥੇ ਮਾਰ ਉਹ ਇਹਦੇ ਕਿਹਦੇ ਚਾਬੀ ਦਿੱਤੀ ਕਿਹਦੇ
ਨਸੀਬਾ ਪੁਆਤੀ ਡਾਕਟਰ ਕੋਲ ਦਵਾਈ ਲੈਣ ਗਿਆ ਡਾਕਟਰ ਸਾਹਿਬ ਕਹਿੰਦਾ ਤੇਰੇ ਰਿਐਕਸ਼ਨ ਇੱਕ ਮਿੰਟ ਦਵਾਈ ਡਾਕਟਰ ਕੋਲ ਲੈ ਕੇ ਆਈ ਦੀ ਕਦੇ ਦੇਖਿਆ ਸੁਨਿਆਰੇ ਕੋਲ ਦਵਾਈ ਲੈ ਕੇ ਡਾਕਟਰ ਕੋਲ ਦਵਾਈ ਡਾਕਟਰ ਕੋਲ ਦਵਾਈ ਲੈਣ ਗਏ ਜੀ ਉਹ ਕਹਿੰਦਾ ਤੇਰੇ ਰਿਐਕਸ਼ਨ ਲੱਗਣਾ ਉਹ ਟੀਕਾ ਜਾਣੇ ਹੁੰਦਾ ਉਹ ਲੱਗਣਾ ਉਹਨੇ ਜਦੋਂ ਇਹਨੂੰ ਦੇਖਿਆ ਨਾ ਕਹਿੰਦਾ ਭਾਈ ਤੇਰੇ ਨੀ ਲੱਗਣਾ ਤੇਰੇ ਗੋਸ਼ਾ ਤੇ ਨਹੀਂ ਕੀ ਹੋਇਆ ਚਾਦਰ ਨੀ ਲੱਭੀ ਭਾਈ ਸੱਠਾਂ ਵਾਲੀ ਲੇਸ ਦੇ ਪੈਕਟ ਚ ਵੜ ਕੇ ਯਾਰ ਕੈਸਾ ਭਾਈ ਉਤਲੀ ਜੇਬ ਨੇ ਪੈਲਟ ਲਾਈ ਨੀ ਉਹ ਥੱਲੇ ਵੱਜਦੀ ਜਾ ਉਹਦਾ ਸਿੱਕਾ ਖਰਾਬ ਹੋ ਗਿਆ ਆਪਣੀ ਜਨਾਜ਼ੇ ਫੋਤਗੀ ਤੇ ਨੀ ਹਿੱਲਦੇ ਆ ਏਦਾਂ ਬੈਠਾ ਉਹ ਕਹਿੰਦੇ ਕੀ ਗੱਲ ਕਹਿੰਦਾ ਮੈਨੂੰ ਮੁੰਡੇ ਨੇ ਸਟੋਪ ਕੀਤਾ ਇੱਕ ਜਨਾਜ਼ਾ ਜਾਣ ਡਿਆ ਆਹ ਭਾਜੀ ਨੀ ਜਿਹੜਾ ਆਹ ਭਾਜੀ ਜਨਾਜ਼ਾ ਜਾਣ ਡਿਆ ਤੇ ਇਹਦਾ ਵੀ ਦਿਲ ਕੀਤਾ ਚਲੋ ਮੰਮੀ ਕੰਧਾ ਦੇ ਦਵਾਂ ਕੰਧਾ ਦੇਣ ਲੱਗਾ ਤਾਂ ਮੁਰਦਾ ਉੱਠ ਕੇ ਪੈ ਗਿਆ ਕਹਿੰਦਾ ਤੇਰਾ ਬਣਦਾ ਹੀ ਨੀ ਪਾਗਲ ਕਿਹੜੀ ਗੱਲ ਨਾਨ ਚਾਕੂ ਚਲਾ ਲੱਗਾ ਏ ਐਂ ਕਰਕੇ ਨਾਨ ਚਾਕੂ ਚਲਾ ਲੱਗਾ ਉਹ ਥੱਲੇ ਵੱਜੀ ਜਾਂਦੇ ਚਲਾਏ ਕਹਿੰਦਾ ਦਾਦਾ ਫੌਤ ਹੋ ਗਿਆ ਤਾਂ ਬਾਜਿਆਂ ਦਾ ਆਡਰ ਦੇ ਯਾਰ ਮੇਰੀ ਚੰਗੀ ਡਿਊਟੀ ਲਾਈ ਯਾਰ ਫਿਰ ਨਿਕਲ ਦੇ ਯਾਰ ਮਿੱਠਾ ਭਾਈ ਡੈਵੋ ਚ ਬਹਿ ਗਿਆ ਉਹ ਮੋਟਰਵੇ ਤੇ ਆ ਕੇ ਉਹਨੇ ਮੂਵੀ ਬਣਾਈ ਇੰਸਪੈਕਟਰ ਨੇ ਤੇ ਉਹਨੂੰ ਕਹਿੰਦਾ ਸ਼ੇਅਰ ਇਟ ਕਰ ਇਹ ਵੀ ਡੈਵੋ ਚ ਬਹਿ ਗਿਆ ਸਫ਼ਰ ਸੁਫ਼ਰ ਕਰਕੇ ਘਰ ਗਿਆ ਉਹਨੇ ਫੋਨ ਕੀਤਾ ਕਹਿੰਦੇ ਭਾਜੀ ਖੈਰ ਤਾਂ ਪਹੁੰਚ ਗਿਆ ਕਹਿੰਦੇ ਹਾਂਜੀ ਕਹਿੰਦੇ ਬਸ ਫਿਰ LCD ਗਾਇਬ ਆ ਉਹ ਭਾਜੀ ਮੇਰੀ ਗੱਲ ਸੁਣੋ LCD ਉਹਨਾਂ ਨੇ ਮੇਰੀ ਸੀਟ ਵਾਲੀ ਲਾਈ ਨੀ ਸੀ ਮੈਂ ਸਲਾਮੀ ਜ਼ੇਨ ਦਾ ਬੰਦਾ ਸੀ ਮੈਂ ਵਿਰਦ ਬੁਰਦ ਕਰਦਾ ਹੀ ਆ ਗਿਆ ਛੱਲੀ ਭਰ ਕੇ ਜਾਂਦੇ ਆ ਬੜਲਾ ਭਾਈ ਤੇ ਦੂਰੋਂ ਏਦਾਂ ਲੱਗੇ ਜਿੱਦਾਂ ਵਾਸ ਲੈ ਕੇ ਜਾਂਦੇ ਆ ਛੱਲੀ ਦਾ ਕਿਹੜਾ ਬਾਸ ਹੁੰਦਾ ਭਾਜੀ ਇਹ ਕਿਹੜੀ ਗੱਲ ਹੋਈ ਤੁਸੀਂ ਛੱਲੀ ਦਾ ਕਿਹੜਾ ਬਾਸ ਹੁੰਦਾ ਉਤਲੀ ਸ਼ਲਫ ਦੇ ਵਿੱਚ ਉਜਰੀ ਰੱਖੀ ਸਾਰੀ ਚੋ ਚੋ ਲੋਕ ਲਾਹੌਰ ਜਾਣਾ ਸੀ ਪੰਜ ਬੱਸਾਂ ਬਦਲੀਆਂ ਕਿਉਂ ਕਹਿੰਦਾ ਮੈਂ ਲੰਬਾ ਸਫ਼ਰ ਨਹੀਂ ਕਰਦਾ ਥੋੜਾ ਉਤਰ ਉਤਰ ਕੇ ਲੈ ਡੈਵੋ ਚ ਬਹਿ ਗਿਆ ਅੱਛਾ ਤੇ ਬਹਿ ਗਿਆ ਉਹਨਾਂ ਨੂੰ ਕਹਿੰਦਾ ਤੁਹਾਡੇ ਕੋਲ ਸੰਤਾਰੇ ਦੀ ਫਿਲਮ ਹੈਗੀ ਆ ਡਾਕਟਰ ਕੋਲ ਗਿਆ ਦਵਾਈ ਲੈਣ ਹੈ ਤੇ ਡਾਕਟਰ ਕਹਿੰਦਾ ਤੂੰ ਛੋਟਾ ਗੋਸ਼ਾ ਨਹੀਂ ਖਾਣਾ ਕਹਿੰਦਾ ਕੀੜੀਆਂ ਕਾਢੇ ਖਾ ਸਕਦਾ ਤੂੰ ਜੁਗਤਾ ਰਹਿਣ ਦੇ ਇਹ ਵੀ ਡੈਵੋ ਚ ਬਹਿ ਗਿਆ ਪੜਲਾ ਭਾਈ ਵੀ ਉਹ ਜਿੱਥੇ ਸਮਾਨ ਨੀ ਰੱਖੀ ਦਾ ਚਾਪੜ ਚੁਪੜ ਉਹਦੇ ਚ ਲੰਮਾ ਪੈ ਕਈ ਆਵੇ ਮੈਂ ਬਰਥ ਲਿਆ ਵਾ ਇਹ ਵੀ ਅੰਡਰ ਅਟੈਕ ਨਾਲ ਲੜਨ ਚਲਾ ਗਿਆ ਬਗੈਰ ਡਿੱਗਣ ਤੋਂ ਬਗੈਰ ਡਿੱਗਣ ਤੋਂ ਲੜੀ ਸਾਦਾ ਜੁਗਤ ਕਰ ਸਾਦਾ ਜੁਗਤ ਜੀ ਆਪੇ ਪਾਣੀ ਲਾ ਕੇ ਤੂੰ ਆਪੇ ਸਾਰਾ ਨਿਚੋੜ ਗਿਆ ਉਸਤਾਦ ਜੀ ਅੰਡਰ ਅਟੈਕ ਨਾਲ ਲੜਨ ਚਲਾ ਗਿਆ ਉਹਨੇ ਜਦੋਂ ਇਹਨੂੰ ਦੇਖਿਆ ਨਾ ਕਹਿੰਦਾ ਪਹਿਲੇ ਆਪਣੇ ਚ ਹਵਾ ਭਰਾ ਅੰਡਰਟੇਕਰ ਨੇ ਜਦੋਂ ਆਉਂਦਾ ਨਾ ਤੇ ਲਾਈਟਾਂ ਬੰਦ ਹੋ ਜਾਂਦੀਆਂ ਲਾਈਟਾਂ ਚੱਲੀਆਂ ਨਾ ਤੇ ਬੂਟ ਤੋਂ ਤਸਮੇ ਮਿਲ ਅੰਡਰਟੇਕਰ ਦੇ ਅੰਡਰਟੇਕਰ ਨੂੰ ਬਾਸ ਨੇ ਚੈਲੰਜ ਕੀਤਾ ਰਿੰਗ ਚ ਚਲਾ ਗਿਆ ਲਾਈਟਾਂ ਚੱਲ ਗਈਆਂ ਦੁਨੀਆਂ ਆ ਗਈ ਆ ਤੇ ਐਨ ਮੌਕੇ ਤੇ ਕਹਿੰਦਾ ਮੇਰੇ ਅੱਬੂ ਨੀ ਮੰਨਣ ਡਏ ਚੈਲੰਜ ਕਾਹਤੋਂ ਕੀਤਾ ਮਿੱਠਾ ਵੀ ਭਾਈ ਰੈਤਲਿੰਗ ਵੇਖਣ ਚਲਾ ਗਿਆ ਉਹ ਸੁੰਡਾ ਨੀ ਖਾਂਦਾ ਇੱਕ ਬੰਦਾ ਉਹ ਸੁੰਡੇ ਖਾਂਦੇ ਤੇ ਉਹਨੂੰ ਬਾਹਰ ਬੈਠਾ ਕਹੀ ਜਾਵੇ ਸਾਨੂੰ ਵੀ ਸੁਲਾ ਮਾਰ ਲਿਆ ਘਰ ਤੇ ਉਹ ਪਰਲਾ ਬਾਬਾ ਵੀ ਆਪਣਾ ਡੱਬਾ ਖੋਲ ਕੇ ਕਹਿੰਦਾ ਤਾਜ਼ੇ ਖਾ ਨਹੀਂ ਇਹ ਉਹਨੂੰ ਨਿੰਬੂ ਦੇਣਾ ਕਹਿੰਦਾ ਉਹ ਤੋਂ ਨਿੰਬੂ ਵੀ ਖਾਈਦਾ ਹਜ਼ਮ ਹੋ ਜਾਂਦਾ ਜਲਦੀ ਜਲਦੀ ਭਾਈ ਅੰਡਰਟੇਕਰ ਨਾਲ ਮਿੱਠੇ ਦਾ ਚੈਲੰਜ ਹੋ ਗਿਆ ਉਹਨੇ ਦੋ ਕੁ ਮੁੱਕੇ ਮਾਰੇ ਤੇ ਦੌਰਾ ਪਵਾ ਲਿਆ ਉਹਨੂੰ ਆਪਣੀ ਪੈ ਗਈ ਕਹਿੰਦਾ ਮਾਫ਼ ਕਰ ਦੇ ਅੰਡਰਟੇਕਰ ਨਾਲ ਆਵਾਜ਼ ਦਾ ਮੁਕਾਬਲਾ ਹੋ ਗਿਆ ਸ਼ੁਰੂ ਜੱਫੀ ਨੀ ਪਾਉਂਦੇ ਉਹਨੇ ਜੱਫੀ ਹੋਏ ਪਾਈ ਗਾ ਤੇ ਜ਼ਬਾਨ ਇੱਦਾਂ ਹੋਈ ਦੁੱਧ ਸੁੱਟਣ ਲੱਗ ਗਿਆ
ਅੰਡਰਟੇਕਰ ਨੂੰ ਚੈਲੰਜ ਕੀਤਾ ਮਿੱਠੇ ਨੇ ਭਾਈ ਹੌਸਲੀ ਆ ਗਿਆ ਤੇ ਉਹਨੂੰ ਵੇਖ ਕੇ ਕਹੀਏ ਉਹ ਇਹਦੇ ਨਾਲ ਨਹੀਂ ਅਬਾਸ ਦਾ ਮੁਕਾਬਲਾ ਹੋਇਆ ਅੰਡਰਟੇਕਰ ਨਾਲ ਤੇ ਜਦੋਂ ਅੰਡਰਟੇਕਰ ਦੇ ਸਾਹਮਣੇ ਆਇਆ ਨਾ ਤੇ ਉਹਨੂੰ ਕਹੀ ਜਾਣ ਡਿਆ ਉਹ ਮੈਂ ਤੇਰੀ ਦਾੜੀ ਦਾ ਯਾਦ ਕਰਨ ਡਿਆ ਵੀ ਤੂੰ ਤੇਰਾ ਲੜੀ ਆ ਇਹ ਚਲਾ ਗਿਆ ਅਮਰ ਖਾਨ ਦੇ ਕੋਲ ਸ਼ੂਟਿੰਗ ਹੋਣ ਡਈ ਸੀ ਨਾ ਫਿਲਮ ਦੀ ਅਮਰ ਖਾਨ ਨੂੰ ਜਾ ਕੇ ਕਹਿਣ ਡਿਆ ਯਾਰ ਸ਼ੂਟਿੰਗ ਤੋਂ ਬਾਅਦ ਹੈ ਨਾ ਮੇਰੇ ਕੋਲ ਆਈਓ ਮੇਰੇ ਕੋਲ ਬੋਸਕੀ ਦੇ ਸੂਟ ਵੀ ਹੁੰਦੇ ਆ ਉਹ ਵੀ ਤੁਸੀਂ ਲੈ ਸਕਦੇ ਅਸੀਂ ਸੇਲਮੈਨ ਬਣਿਆ ਅਬਾਸ ਦੀ ਗਲੀ ਚ ਇੱਕ ਬੰਦਾ ਗਟਰ ਚੋਂ ਗਾਰਾ ਕੱਢ ਕੇ ਬਾਹਰ ਸੁੱਟਣ ਡਿਆ ਉਹਨੂੰ ਕਹੀ ਜਾਣਿਆ ਸਾਰਾ ਮੈਂ ਕੱਢ ਦੋਸਤਾ ਜਿੰਨਾ ਚਾਹੀਦਾ ਉਹਨਾਂ ਕੋਲ ਲਾ ਵੀ ਉਹ ਕਿਹੜਾ ਕਿਤੇ ਪਰੌਂਠੇ ਭਰਨੇ ਉਹਦੇ ਯਾਰ ਦੁਕਾਨ ਤੋਂ ਨਾਨ ਲੈਣ ਗਿਆ ਤੇ ਨਾਨ ਦਾ ਬੈਗ ਬਣਵਾਇਆ ਕਿਸੇ ਨੇ ਭੇਜਿਆ ਉਹ ਰੇਡ ਕੇ ਲਿਆਉਂਦੇ ਦੁਕਾਨ ਤੋਂ ਨਾਨ ਲੈਣ ਗਿਆ ਨਾਨ ਏਦਾਂ ਲੈ ਕੇ ਆਉਂਦਾ ਜਦੋਂ ਸੋਟੀ ਨਾਲ ਟਾਇਰ ਹੀ ਰੇਡ ਕੇ ਲਿਆ ਨਹੀਂ ਨਹੀਂ ਵਿਆਹ ਇਹਦਾ ਕੈਸਾ ਹੋਇਆ ਹੋਣਾ ਯਾਰ ਯਾਰ ਲੋਲੀਪੋਪ ਦੀ ਗੁੜਤੀ ਹੈ ਇਹਨੂੰ ਯਾਰ ਜੰਬੋ ਦੀ ਬੋਤਲ ਲਿਆ ਯਾਰ ਮੈਂ ਖੋਲ ਏਦਾਂ ਉੱਤੋਂ ਖੋਲਣ ਡਿਆ ਆਪ ਤਾਂ ਲੈ ਖੜਾ ਵਾ ਤੇ ਮੈਨੂੰ ਕਹਿੰਦਾ ਸਾਰੀ ਖੋਲ ਗਈ ਮੈਂ ਕਿਹਾ ਬਿਲਕੁਲ ਖੋਲ ਗਈ ਅੱਛਾ ਲੇਸ ਦਾ ਪੈਕਟ ਪੂਰੀ ਤਰ੍ਹਾਂ ਚੁੱਕਦਾ ਹੀ ਅੱਛਾ ਗਟਰ ਦਾ ਢੱਕਣ ਚੁੱਕਿਆ ਵਿੱਚ ਲਾਲ ਬੇਗਾਂ ਨਿਕਲੀਆਂ ਤੇ ਰੌਲਾ ਪਾਤਾ ਮੈਨੂੰ ਏਜੰਸੀ ਪੈ ਗਈ ਸੈਨਵੇ ਚ ਭਾਈ ਆ ਸ਼ਰਟ ਝਾੜ ਕੇ ਬਾਹਰ ਨਿਕਲਣ ਦਾ ਇੱਕ ਬੰਦਾ ਕਹਿੰਦਾ ਕੈਸੀ ਸੀ ਫਿਲਮ ਕਹਿੰਦਾ ਵਿਖੀ ਨੀ ਅੱਗੇ ਲੰਮਾ ਬੰਦਾ ਬੈਠਾ ਸੀ ਯਾਰ ਯਕੀਨ ਮੈਂ ਜਿਸ ਦਿਨ ਮੈਨੂੰ ਪਹਿਲੇ ਦਿਨ ਮਿਲਿਆ ਸੀ ਨਾ ਮੈਂ ਉਸ ਦਿਨ ਕਿਹਾ ਸੀ ਕਹਿੰਦਾ ਸੀ ਬਿਠਾ ਭਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹੈ ਮੇਰੇ ਕੋਲ ਘਰ ਆਇਆ ਸੀਗਾ ਤੇ ਮੈਂ ਇਸ ਫੀਲਡ 'ਚ ਆਉਣਾ ਚਾਹੁੰਦਾ ਇਹਨੂੰ ਮੈਂ ਮਨਾ ਕੀਤਾ ਮੈਂ ਕਿਹਾ ਯਾਰ ਪੁੱਤ ਇਸ ਫੀਲਡ 'ਚ ਨਾ ਆਈ ਤੇ ਕਹਿੰਦਾ ਸੀ ਮੈਂ ਉਸਤਾਦ ਜੀ ਨੂੰ ਮਿਲਣਾ ਮੈਂ ਕਿਹਾ ਮੈਂ ਉਸਤਾਦ ਜੀ ਨਾਲ ਮਿਲਾ ਦਾਂਗਾ ਹਰ ਸ਼ੈ ਤਰੀ ਕਰਾ ਦਾਂਗਾ ਉਸਤਾਦ ਜੀ ਨਾਲ ਤੇਰਾ ਹੱਥ ਵੀ ਹਰ ਸ਼ੈ ਹੋ ਜਾਏਗੀ ਇਸ ਫੀਲਡ 'ਚ ਨਾ ਆਈ ਕਹਿੰਦਾ ਭਾਜੀ ਕਿਉਂ ਮੈਂ ਕਿਹਾ ਤੈਨੂੰ ਭੁੱਖ ਵੀ ਕੱਟਣੀ ਪੈਣੀ ਤੈਨੂੰ ਸਫ਼ਰ ਵੀ ਲੰਬੇ ਕਰਨੇ ਪੈਣੇ ਤੈਨੂੰ ਬਾਹਰ ਵੀ ਰਹਿਣਾ ਪੈਣਾ ਤੈਨੂੰ ਬੱਚਿਆਂ ਤੋਂ ਦੂਰ ਵੀ ਹੋਣਾ ਪੈਣਾ ਆਰਟਿਸਟ ਮੈਂ ਕਿਹਾ ਕੋਮੇਡੀ ਨੇ ਐਸੀ ਫੀਲਡ ਆ ਕਹਿੰਦਾ ਸੀ ਭਾਜੀ ਕੋਈ ਮਸਲਾ ਨਹੀਂ ਹੈ ਕੋਈ ਟੈਨਸ਼ਨ ਨਹੀਂ ਆ ਯਾਰ ਤਾਂ ਮੈਂ ਵੱਡਾ ਪੰਨ ਤੋਂ ਦੱਸਣਾ ਫਰੀ ਆਪਾਂ ਤਾਂ ਗੱਲਾਂ ਕਰਨ ਡੇ ਨਾ ਆਡੀਅੰਸ ਨੇ ਕਹਿਣਾ ਆਪਾਂ ਜਾਣ ਕੇ ਮੈਂ ਕਿਹਾ ਤੈਨੂੰ ਭੁੱਖ ਵੀ ਕੱਟਣੀ ਪੈਣੀ ਆ ਤੈਨੂੰ ਸਫ਼ਰ ਵੀ ਲੰਬਾ ਕਰਨਾ ਪੈਣਾ ਤੈਨੂੰ ਤਨਖਾਹ ਵੀ ਨਹੀਂ ਮਿਲਣੀ ਤੈਨੂੰ ਲੋਕਾਂ ਨੇ ਬੁਰਾ ਭਲਾ ਵੀ ਕਹਿਣਾ ਲੋਕਾਂ ਨੇ ਕੌਡੂ ਵੀ ਕਹਿਣਾ ਵਾ ਕਹਿੰਦਾ ਭਾਜੀ ਫਿਰ ਆਪਣੇ ਹੱਥ ਖੜੇ ਆ ਹਰ ਸ਼ਹਿਰ ਬਰਦਾਸ਼ ਕਰਾਂਗਾ ਆਹ ਕੰਮ ਨੀ ਮੇਰੇ ਕੋਲ ਤੇ ਉਧਰ ਦਾ ਅੱਲਾ ਦੇ ਹੁਕਮ ਦੇਖ ਲਾ ਪਿੱਛੇ ਹੀ ਜਾ ਰਹੇ ਅੱਛਾ ਸਿੱਧਾ ਨਾਮ ਕੀ ਤੁਹਾਡਾ ਮੇਰਾ ਨਾਮ ਸ਼ਹਿਜ਼ਾਦ ਕਿੰਨੇ ਬੱਚੇ ਇੱਕ ਬੇਟਾ ਸੀ ਫੌਤ ਹੋ ਗਿਆ ਤੋਂ ਵੱਡੇ ਕਿੰਨੇ ਯਾਰ ਇੱਕ ਮਿੰਟ ਨੂੰ ਇੱਕ ਬੇਟਾ ਸੀ ਅੱਲਾ ਪਾਕ ਉਹਨਾਂ ਨੂੰ ਬਰੀਕ ਰਹਿਮਤ ਕਰੇ ਤੇ ਕਦੀ ਜ਼ਿੰਦਗੀ ਚ ਕੋਈ ਐਸਾ ਦੁੱਖ ਜਿਹੜਾ ਆਪਣੀ ਇਸ ਜਸਾਮਤ ਕੱਦ ਤੋਂ ਲੈ ਕੇ ਹੋਇਆ ਹੋਵੇ ਕਦੀ ਕਦੀ ਸੋਚਿਆ ਹੀ ਨਹੀਂ ਅਸਾਂ ਕਿਉਂਕਿ ਮੈਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਅਲਹਮਦੁਲਿਲਾ ਮੈਂ ਫਿਰ ਵੀ ਠੀਕ ਠਾਕ ਹਾਂ ਸਹੀ ਸਲਾਮਤ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਸੇ ਲੋਕ ਦੇਖੇ ਜਿਹੜੇ ਵਿਚਾਰੇ ਤੁਰ ਫਿਰ ਨਹੀਂ ਸਕਦੇ ਹੈਗੇ ਆਪਣੇ ਤੋਂ ਵੀ ਛੋਟੇ ਦੇਖੇ ਨੇ ਹਾਈਟ ਦੇ ਤੇ ਮੈਂ ਉਸ ਮਾਲਕ ਦੇ ਅੱਗੇ ਦੁਆ ਕਰਦਾ ਯਾ ਬਾਰੀ ਤਾਲਾ ਜਿੱਥੇ ਵੀ ਮੈਨੂੰ ਰੱਖਿਆ ਬੇਸ਼ੱਕ ਸਹੀ ਰੱਖਿਆ ਬਹੁਤ ਅੱਛੇ ਯਾਰ ਅੱਛਾ ਕੈਸੀ ਗੱਲ ਆ ਮਿੱਠਾ ਜੀ ਇੱਕ ਗੱਲ ਆ ਅੱਲਾ ਪਾਕ ਦੀ ਤਕਸੀਮ ਹੁੰਦੀ ਵਾ ਕਿ ਅੱਲਾ ਪਾਕ ਕਿਸੇ ਨੂੰ ਵੱਧ ਦੇ ਦਿੰਦਾ ਕਿਸੇ ਨੂੰ ਘੱਟ ਦੇ ਦਿੰਦਾ ਕਿਸੇ ਨੂੰ ਸੋਹਣਾ ਕਿਸੇ ਨੂੰ ਮਾੜਾ ਲੇਕਿਨ ਅੱਲਾ ਤਾਲਾ ਨੇ ਜੋ ਸੋਚਿਆ ਜਿਹਦੇ ਲਈ ਉਹ ਕਿਸ ਕਦਰ ਮਤਲਬ ਉਹ ਸੁਪਰ ਪਾਵਰ ਵੀ ਆ ਤੇ ਇੰਨਾ ਹੀ ਜ਼ਹਾਨਤ ਦੇ ਅੰਬਾਰ ਅੱਲਾ ਪਾਕ ਤੋਂ ਅਕਲੇ ਕੁੱਲ ਸਾਰਾ ਕੁਛ ਉਹ ਬੇਸ਼ੱਕ ਉਹ ਜਦੋਂ ਇਨਸਾਨ ਨੂੰ ਬਣਾਉਂਦਾ ਵਾ ਉਹਦੀ ਪੂਰੀ ਸਾਖਤ ਉਹਦੀ ਮਟੀਰੀਅਲ ਨੂੰ ਉਹਦੇ ਹਿਸਾਬ ਨਾਲ ਬਣਾਉਂਦਾ ਹਰ ਬੰਦੇ ਦੀ ਸ਼ਕਲ ਦਾ ਫਰਕ ਹਰ ਬੰਦੇ ਦੇ ਰੰਗਤ ਦਾ ਇਹ ਅੱਲਾ ਪਾਕ ਦੀ ਕਰੀਮੀ ਆ ਜਿਸ ਵੀ ਹਾਲ ਚ ਸਾਨੂੰ ਰੱਖਿਆ ਨਾ ਉਹਦੇ ਚ ਸਾਨੂੰ ਅੱਲਾ ਤਾਲਾ ਦਾ ਸ਼ੁਕਰ ਅਦਾ ਕਰਨਾ ਤੇਰੀ ਗੱਲ ਤੋਂ ਮੈਨੂੰ ਗੱਲ ਯਾਦ ਆ ਕਿ ਇਹ ਬਹੁਤ ਬਹੁਤ ਨਾਈਸ ਬੰਦਾ ਸੀਰੀਅਸਲੀ ਤੁਸੀਂ ਦੇਖ ਲੈਣਾ ਮਾਸ਼ਾਅੱਲਾ اخلاق ਦਾ ਮੈਨੂੰ ਬਹੁਤ ਜ਼ਿਆਦਾ ਤੁਸੀਂ ਦੋਨੋਂ ਬੈਠੇ ਆ ਗੈਬ ਦੇ ਦਿਨਾਂ ਦੀ ਗੱਲ ਕਰ ਰਹੇ ਆ ਫਰੀ ਦੇ ਕੋਈ ਪੈਸਾ ਨਹੀਂ ਤੇ ਮੇਰੇ ਕੋਲ ਵੀ ਕੋਈ ਪੈਸਾ ਨਹੀਂ
ਤੈਨੂੰ ਪਤਾ ਮੈਂ ਭੁੱਖ ਲੱਗੇ ਮੇਰਾ ਬਲੱਡ ਘੱਟ ਜਾਂਦਾ ਫਰੀ ਤੂੰ ਯਕੀਨ ਮੈਨੂੰ ਮੈਂ ਭੁੱਖ ਰਿਹਾ ਮੇਰਾ ਬਲੱਡ ਘੱਟਣ ਡਿਆ ਕਹਿੰਦਾ ਭਾਅ ਜੀ ਕੀ ਹੋਇਆ ਵਾ ਮੈਂ ਕਿਹਾ ਯਾਰ ਡਾਊਨ ਪੈਸਾ ਵੀ ਕੋਲ ਕੋਈ ਨਹੀਂ ਅਤੇ ਭੁੱਖ ਵੀ ਬੇਵਾ ਲੱਗੀ ਆ ਅਤੇ ਤੈਨੂੰ ਪਤਾ ਮੈਂ ਕਿਹਾ ਮੈਂ ਕਦੀ ਕਿਸੇ ਅੱਗੇ ਹੱਥ ਵੀ ਨਹੀਂ ਕੀਤਾ ਅਤੇ ਯਾਰ ਫਰੀਦ ਇਹਦੀਆਂ ਅੱਖਾਂ 'ਚ ਪਾਣੀ ਆ ਗਿਆ ਮੈਂ ਇੰਜ ਮੇਰੇ ਹੱਥ ਕੰਬਣ ਡਿਆ ਕਹਿੰਦਾ ਉਸਤਾਦ ਜੀ ਮੇਰੇ ਕੋਲ ਨਹੀਂ ਦੇਖ ਹੋਣ ਡਿਆ ਤੁਹਾਨੂੰ ਇੱਦਾਂ ਅਤੇ ਮੈਂ ਹੁਣ ਹੀ ਆਇਆ ਅੱਛਾ ਮੈਨੂੰ ਇਹ ਸੀ ਮੈਂ ਕਿਹਾ ਯਾਰ ਇਹਨੇ ਜਿੱਦਾਂ ਕਿੱਦਾਂ ਕਰਕੇ ਵੀ ਇਹਨਾਂ ਨੇ ਕੁਛ ਲਿਆ ਹੋਣਾ ਅਤੇ ਯਾਰ ਫਰੀਦ ਉਹੀ ਗੱਲ ਹੋਈ ਯਾਰ ਮੈਂ 15-20 ਮਿੰਟ ਵੇਟ ਕੀਤਾ ਮੈਂ ਕਿਹਾ ਯਾਰ ਅੱਲਾ ਖੈਰ ਕਿ ਹੈ ਵੀ ਇਹਨੂੰ ਬੱਚਾ ਜਿਹਾ ਹੈ ਵਾ ਮੈਂ ਕਿਹਾ ਯਾਰ ਕਿਸੇ ਨੇ ਲੜਨਾ ਪਿਓ ਕੌੜਾ ਵੀ ਬਹੁਤ ਆ ਨਾ ਮੈਂ ਕਿਹਾ ਮੇਰੀ ਖਾਤਰ ਇਹਨੇ ਲੜ ਵੀ ਪੈਣਾ ਹਰ ਇੱਕ ਨਾਲ ਅਤੇ ਮੈਂ ਨਾ 15-20 ਮਿੰਟ ਵੇਟ ਕੀਤਾ 20 ਮਿੰਟ ਦੇਖੇ ਯਾਰ ਮੈਂ ਤਾਂ ਘੰਟਾ ਦੇਖਿਆ ਮੇਰਾ ਨਾ ਦਿਲ ਹੌਲੇ ਪੈ ਗਿਆ ਮੈਂ ਕਿਹਾ ਯਾਰ ਡਾਊਨ ਲੜ ਪਿਆ ਕਿਸੇ ਨਾਲ ਅਤੇ ਹੁਣ ਮੈਨੂੰ ਪਤਾ ਸੀ ਇਹਨੇ ਮੇਰੀ ਭੁੱਖ ਦਾ ਕੋਈ ਨਾ ਕੋਈ ਇਲਾਜ ਕਰਨਾ ਵਾ ਯਾਰ ਇਹਨੇ ਮੰਗ ਤੰਗ ਕਿਤੋਂ ਕੁਛ ਨਾ ਕੁਛ ਲੈ ਹੀ ਆਉਣਾ ਫਿਰ ਮੈਂ 20-20 ਮਿੰਟਾਂ ਬਾਅਦ ਕਾਲ ਕੀਤੀ ਮੈਂ ਕਿਹਾ ਡਾਊਨ ਕਿੱਥੇ ਆ ਕਹਿੰਦਾ ਉਸਤਾਦ ਜੀ ਮੈਂ ਤਾਂ ਘਰ ਸੁੱਤਾ ਪਿਆ ਵਾ ਮੈਂ ਕਿਹਾ ਤੂੰ ਜਿਹੜਾ ਰੋਇਆ ਸੀ ਕੀ ਗੱਲ ਕਿਸੇ ਮਿੱਠੇ ਦੇ ਉੱਤੇ ਮੁੱਕਾ ਮਾਰਨਾ ਹਰਾਮ ਨੀ ਕਰੀਦਾ ਹੁੰਦਾ ਜਾ ਕੇ ਹਰਾਮ ਨੀ ਕਰੀਦਾ ਹੁੰਦਾ ਤੂੰ ਜਾ ਕੇ ਹਰਾਮ ਕੀਤਾ ਮੈਂ ਕਿਹਾ ਜਿਹੜਾ ਡਾਊਨ ਤੂੰ ਰਹਿ ਸੀ ਅੱਖਾਂ 'ਚ ਪਾਣੀਆਂ 'ਚ ਕਹਿੰਦਾ ਤੂੰ ਪੱਖਾ ਮੇਰੇ ਵੱਲੋਂ ਸੀ ਅੱਲਾ ਜ਼ਰਫੂਰ ਭਾਈ ਕੀ ਬਾਤ ਇਹ ਕਦਰ ਪਾਇਆ ਸਵਾਦ ਜੀ ਸਾਡਾ ਤੁਸੀਂ ਹੁਣ ਨਹੀਂ ਨਹੀਂ ਉਹ ਤੈਨੂੰ ਵੈਸੇ ਬਲਾਕ ਕਰਨ ਡਿਆ ਲੇਕਿਨ ਉਹ ਤੇਰੇ ਬਾਰੇ 'ਚ ਬੜੀਆਂ ਅੱਛੀਆਂ ਅੱਛੇ ਕਮੈਂਟਸ ਕਰਦਾ ਵਾ ਔਰ ਇਹ ਸਾਡੇ ਲਈ ਯਾਰ ਬੜੀ ਅੱਛੀ ਚੀਜ਼ ਆ ਕਿ ਤੁਸੀਂ ਸ਼ਹਿਜ਼ਾਦ ਭਾਈ ਸਾਡੇ ਕੋਲ ਆਏ ਸਾਡੀ ਤੁਹਾਡੀ ਰਿਸਪੈਕਟ ਜਿਹੜੀ ਨਾ ਸਾਡੀ ਨਜ਼ਰ 'ਚ ਬਹੁਤ ਵੱਡੀ ਆ ਬਹੁਤ ਮਤਲਬ ਅਹਿਮ ਹੋ ਤੁਸੀਂ ਸਾਡੇ ਲਈ ਅਤੇ ਬਾਕੀ ਇਹ ਕਿ ਤੂੰ ਇਹਦੀ ਵਿਆਹ ਦੀ ਮੂਵੀ ਦੇਖਣੀ ਆ ਝੰਡਾ ਮਾਰ ਘੁੰਮਣ ਵਾਲੀ ਕੁਰਤੀ ਨੀ ਹੁੰਦੀ ਦਫ਼ਤਰੀ ਏਦਾਂ ਦੀ ਇੰਨਾ ਬਹਿ ਕੇ ਘੁੰਮਿਆ ਕੋਮੇ 'ਚ ਚਲਾ ਗਿਆ ਫਿਰ ਇੱਕ ਵਾਰੀ ਇੰਨਾ ਘੁੰਮਿਆ ਘੁੰਮ ਘੁੰਮ ਕੇ ਜਾਤ ਨਾ ਜਾਵਾ ਮਿੱਠਾ ਨਾ ਜਾਣ ਡਿਆ ਇਹਨੂੰ ਪਿੱਛੇ ਬਿਠਾਇਆ ਮੈਨੂੰ ਗੱਲ ਤਾਂ ਆਪੇ ਹੀ ਬਣਾ ਮਿੱਠਾ ਜਾਣ ਡਿਆ ਮੈਂ ਕਿਹਾ ਮਿੱਠੇ ਅੱਜ ਤੇ ਚੋਂ ਕੱਢ ਕੇ ਜੂਸ ਹੀ ਪਿਆ ਨਹੀਂ ਮੈਂ ਪਿੱਛੇ ਬਿਠਾਇਆ ਸੀ ਮੈਂ ਕਿਹਾ ਫਰੀਦ ਮੈਂ ਇੱਧਰ ਲੱਗਣਾ ਕਣਕ ਛੱਡਣ ਜਾ ਰਿਹਾ ਵਿਆਹ ਤੇ ਨਿਕਾਲ ਆ ਨੀ ਆਇਆ ਸਿਰਫ ਦੂਰੋਂ ਕਹਿ ਕੇ ਚਲੋ ਪੱਕੀ ਕਰੋ ਪੱਕੀ ਕਰ ਲੋ ਯਾਰ ਨਹਿਰ ਤੇ ਗਿਆ ਬਰਫ ਵਾਲੇ ਕੋਲੇ ਦੇ ਵਿੱਚ ਬਹਿ ਕੇ ਝੂਟੇ ਲੈਣ ਉਹ ਬੋਤਲ ਦੇ ਢੱਕਣ ਤੇ ਮਾਚਸ ਦੀ ਤੀਲੀ ਪਸਾ ਕੇ ਉਹਦੀ ਛਤਰੀ ਬਣਾਈ ਯਾਰ ਸੀਰੀਅਸਲੀ ਕਚਹਿਰੀ ਬਾਜ਼ਾਰ ਦੇ ਬਾਹਰ ਖੜੇ ਹਾਂ ਅਸੀਂ ਇੱਕ ਮਾਈ ਆ ਬੇਚਾਰੀ ਬੁੱਢੀ ਮਾਈ ਯਾਰ ਪ੍ਰੀਤ ਮੇਰੇ ਦਿਲ 'ਚ ਵੀ ਨਹੀਂ ਆਇਆ ਹਾਲਾਂਕਿ ਕਿੰਨਾ ਮੇਰਾ ਨੇਕੀ ਦਾ ਜ਼ਰਫ ਆ ਬੁੱਢੀ ਮਾਈ ਕੋਲ ਸੜਕ ਨਹੀਂ ਪਾਰ ਹੁੰਦੀ ਕਚਹਿਰੀ ਬਾਜ਼ਾਰ ਦੀ ਕਿੰਨੀ ਤੇਜ਼ ਟ੍ਰੈਫਿਕ ਆ ਯਾਰ ਮਾਈ ਦੇ ਨੇ ਹੱਥ ਫੜਿਆ ਵਾ ਹੱਥ ਫੜ ਕੇ ਤੇ ਪਤਾ ਨਹੀਂ ਦਿਲ 'ਚ ਕੀ ਆ ਕਹਿੰਦਾ ਮਾਜੀ ਇੱਕ ਮਿੰਟ ਤੁਹਾਡੀ ਜਾਨ ਨੂੰ ਖਤਰਾ ਵਾ ਸੜਕ ਦੇ ਦਰਮਿਆਨ 'ਚ ਗਿਆ ਵਾ ਸਾਰੀ ਟ੍ਰੈਫਿਕ ਰੋਕੀ ਆ ਤੇ ਸੜਕ ਤੇ ਉਸ ਪਾਰ ਚਲਾ ਗਿਆ ਕਹਿੰਦਾ ਮਾਜੀ ਏਦਾਂ ਹੋ ਅੱਛਾ ਜੀ ਹਮਾਰਾ ਸ਼ੋਅ ਐਸੇ ਹੀ ਹੱਸਣੇ ਖੇਲਣੇ ਕਾ ਟਾਈਮ ਇੰਟਰਟੇਨਮੈਂਟ ਕੇ ਲੀਏ ਲਿਟਲ ਬਿਟ ਕੋਸ਼ਿਸ਼ ਕੁਛ ਵੀ ਕਰੇਗਾ ਔਰ ਇਸਕੇ ਬਾਅਦ ਹਮ ਸ਼ਹਿਜ਼ਾਦ ਭਾਈ ਸੇ ਕਹੇਂਗੇ ਸ਼ਹਿਜ਼ਾਦ ਭਾਈ ਆਪ ਆਪਣੇ ਅਲਫਾਜ਼ ਮੇ ਟੂਟੇ ਫੁੱਟੇ ਅਲਫਾਜ਼ ਤੋ ਹੈ ਹੀ ਆਪਕੇ ਤੋ ਆਪ ਟੂਟੇ ਫੁੱਟੇ ਅਲਫਾਜ਼ ਮੇ ਕੁਛ ਨਾਜ਼ਰੀਨ ਸੇ ਕਹਿ ਕੇ ਇਜਾਜ਼ਤ ਚਾਹੇਂ ਪ੍ਰੋਗਰਾਮ ਖਤਮ ਕਰੇਂ ਲਓ ਜੀ ਨਾਜ਼ਰੀਨ ਹਮਾਰੇ ਸਾਥ ਸ਼ਹਿਜ਼ਾਦ ਇਹ ਸ਼ਹਿਜ਼ਾਦ ਭਾਈ ਬੜਾ ਨਾਈਸ ਸਵੀਟ ਪਰਸਨ ਦਾਨਿਸ਼ ਭਾਈ ਅਬਾਸ ਭਾਈ ਮਿੱਠਾ ਭਾਈ ਔਰ ਹਮ ਐਸੇ ਹੀ ਆਪਕੋ ਇੰਟਰਟੇਨ ਕਰਤੇ ਰਹੇਗੇ ਕੋਸ਼ਿਸ਼ ਇਹ ਵਾ ਕਿ ਜਿਹੜੀ ਵੀ ਛੋਟੀ ਮੋਟੀ ਅਸੀਂ ਕੋਈ ਇੰਟਰਟੇਨਿੰਗ ਦੀ ਕੋਈ ਵੀਡੀਓਜ਼ ਪਾਉਂਦੇ ਰਹੀਏ ਅਤੇ ਸਾਨੂੰ ਪਿਆਰ ਕਰਦੇ ਰਹੋ ਥੈਂਕ ਯੂ ਵੈਰੀ ਮੱਚ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਪਾਕਿਸਤਾਨ ਜ਼ਿੰਦਾਬਾਦ।